ਨਮਸਕਾਰ ਖਬਰਾਂ ਦੇ ਇਸ ਬਲੇਟਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਸਵਰਨਜੀਤ ਸਿੰਘ ਪਹਿਲਾਂ ਪੇਸ਼ ਨੇ ਤੁਹਾਨੂੰ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੇ ਗੁਰੂਆਂ ਵੱਲੋਂ ਆਤਮ ਸਨਮਾਨ ਤੇ ਮਨੁੱਖੀ ਜੀਵਨ ਦੇ ਗੌਰਵ ਬਾਰੇ ਪੜਾਇਆ ਪਾਠ ਹਰ ਸਿੱਖ ਦੇ ਜੀਵਨ ਵਿੱਚ ਵੇਖਿਆ ਜਾ ਸਕਦਾ ਹੈ ਉਹ ਕੱਲ ਆਪਣੀ ਸਰਕਾਰੀ ਰਿਹਾਈ ਤੇ ਇੱਕ ਸਿੱਖ ਵਫਦ ਦੀ ਸਦ ਭਾਵਨਾ ਮਿਲਦੀ ਦੌਰਾਨ ਬੋਲੇ ਸਨ ਕੋਲ ਇੰਡੀਆ ਲਿਮਟਿਡ ਅਨੁਸਾਰ April 2022 ਵਿੱਚ ਪਿਛਲੇ ਸਾਲ ਦੇ ਮੁਕਾਬਲੇ 27.2 ਫੀਸਦੀ ਕੋਲ ਉਤਪਾਦਨ ਵਧਾਇਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿੱਚ ਹੋਈ ਘਟਨਾ ਦੀ ਤੁਰੰਤ ਜਾਂਚ ਦੇ ਦਿੱਤੇ ਹੁਕਮ। ਪੰਜਾਬ ਸਰਕਾਰ ਨੇ ਪਟਿਆਲਾ ਜ਼ਿਲ੍ਹੇ ਵਿੱਚ ਮੋਬਾਈਲ ਨੈੱਟ ਸੇਵਾਵਾਂ ਅਸਥਾਈ ਤੌਰ ਤੇ ਕੀਤੀਆਂ ਮੁਅਤਲ। ਕੌਮੀ ਘਟ ਗਣਤੀ ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਪਟਿਆਲਾ ਘਟਨਾ ਦੀ ਵਿਸਤਾਰਤ ਰਿਪੋਰਟ ਮੰਗੀ ਪੰਜਾਬ ਦੇ ਸਾਰੇ ਸਕੂਲਾਂ ਵਿੱਚ 15 ਮਈ ਤੋਂ 30 ਜੂਨ ਤੱਕ ਛੁੱਟੀਆਂ ਕਰਨ ਦਾ ਕੀਤਾ ਐਲਾਨ 2 ਤੋਂ 14 ਮਈ ਤੱਕ ਸਕੂਲ ਸਵੇਰੇ 7 ਵਜੇ ਲੱਗਣਗੇ ਤੇ ਹੁਣ ਕਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਸ਼ਾਮ ਨਵੀਂ ਦਿੱਲੀ ਵਿੱਚ ਆਪਣੀ ਰਿਹائش ਤੱਕ ਇੱਕ ਵਫ਼ਦ ਦੀ ਮੇਜ਼ਬਾਨੀ ਕੀਤੀ ਇਸ ਅਦਭਾਵਨਾ ਮਿਲਣੀ ਵਿੱਚ ਵੱਖ-ਵੱਖ ਖੇਤਰਾਂ ਤੋਂ ਸ਼ਕਤੀਸ਼ਾਲੀ ਸ਼ਾਮਲ ਹੋਈਆਂ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੀ 75ਵੀਂ ਵਰੇਗਣ ਮੌਕੇ ਅੱਜ ਦੇਸ਼ ਫਰਜ਼ ਨੂੰ ਪਹਿਲ ਦੇਣ ਦੀ ਗੱਲ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਬਦਾ ਸਾਥ ਸਬਦਾ ਵਿਕਾਸ ਅਤੇ ਸਬਦਾ ਪ੍ਰਿਆਸ ਸਾਡੇ ਸਾਰੇ ਲਈ ਉज्ज्वल ਭਵਿੱਖ ਨੂੰ ਯਕੀਨੀ ਬਣਾਉਂਦਾ ਹੈ ਸਾਡੇ ਗੁਰੂਆਂ ਕੇ ਜੀਵਨ ਕੀ ਜੋ ਸਭ ਤੋਂ ਵੱਡੀ ਪ੍ਰੇਰਣਾ ਹੈ ਉਹ ਹੈ हमारे कर्तव्यों का बोध आजादी के अमृत काल में देश भी आज कर्तव्यों को प्राथमिकता देने की बात कर रहा है सबका साथ सबका विकास सबका विश्वास और सबका प्रयास यही मंत्र हम सबको भारत के उज्जवल भविष्य को सुनिश्चित करता है एक कर्तव्य केवल हमारे वर्तमान के लिए नहीं है ये हमारे और हमारे देश के भविष्य के लिए भी है ये हमारी आने वाली पीढ़ियों के लिए भी है मेरा आपसे कोल इंडिया लिमिटेड वालों अप्रैल सौ बाई पिछले साल इस समय के मुकाबले सताई शरिया दो फीसद कोल उत्पादन वे कोला भेजने की दर एक आग्रह भी और है आप जानते हैं कि अमृत महोत्सव में देश ने के सभी जिलों में यानी हर जिले में पचहत्तर अमृत सरोवर का संकल्प लिया है आप भी अपने पिंडों में अमृत सरोवरों के निर्माण का अभियान चला सकते हैं साथियों हमारे गुरुओं ने हमें आत्मसम्मान और मानव जीवन के गौरव का जो पाठ बढ़ाया उसका भी प्रभाव हमें हर सिख के जीवन में दिखता है आजादी के अमृत काल में यही आज यही देश का भी संकल्प है हमें आत्मनिर्भर बनना है गरीब से गरीब व्यक्ति का जीवन बेहतर करना है इन सब प्रयासों में आप सभी की सक्रिय भागीदारी होना और आप सबका सक्रिय योगदान होना बहुत अनिवार्य और आवश्यक है मुझे पूरा भरोसा है गुरुओं के आशीर्वाद से हम सफल होंगे जल्द एक नए भारत के लक्ष्य तक पहुंचेंगे ਕੋਲ ਇੰਡੀਆ ਲਿਮਟਿਡ ਵੱਲੋਂ April 2022 ਵਿੱਚ ਪਿਛਲੇ ਸਾਲ ਇਸੇ ਸਮੇਂ ਦੇ ਮੁਕਾਬਲੇ 27.2 ਫੀਸਦੀ ਕੋਲ ਉਤਪਾਦਨ ਵਧਿਆ ਅਤੇ ਕੋਲਾ ਭੇਜਣ ਦੀ ਦਰ ਵੀ 5.8 ਫੀਸਦੀ ਵਧੀ ਹੈ। ਕੋਲ ਇੰਡੀਆ ਲਿਮਟਿਡ ਕੋਲ ਇਸ ਵੇਲੇ 56.7 ਮੀਟਿਕ ਟਨ ਕੋਲੇ ਦਾ ਭੰਡਾਰ ਹੈ ਅਤੇ SCCL ਵੀ 4.3 ਮੀਟਿਕ ਟਨ ਨੇ ਇਸ ਲਈ ਕੰਪਨੀ ਕੋਲ ਕੋਲੇ ਦਾ ਕਾਫੀ ਭੰਡਾਰ ਹੈ, ਗੁੱਡ ਸ਼ੈੱਡ ਅਤੇ ਬੰਦਰਗਾਹਾਂ ਤੇ 4.7 ਮੀਟਿਕ ਟਨ ਕੋਲੇ ਦਾ ਭੰਡਾਰ ਮੌਜੂਦ ਹੈ ਅਤੇ ਇਹ ਕੋਲਾ ਪਾਵਰ ਪਲਾਂਟਾਂ ਵਿੱਚ ਭੇਜਣ ਲਈ ਬਿਲਕੁਲ ਤਿਆਰ ਹੈ। ਇਸ ਤੋਂ ਇਲਾਵਾ 2 ਮੀਟ੍ਰਿਕ ਟਨ ਕੋਲੇ ਦਾ ਪੰਡਾਰ ਸੀਆਈਐਲ ਸਾਈਡਿੰਗਸ ਤੇ ਉਪਲਬਧ ਹੈ ਭਾਰਤੀ ਰੇਲਵੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਕੋਲਾ ਪਹੁੰਚਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਉਹ ਆਪਣੇ ਰੈਕਾਂ ਦੀ ਉਪਲਬਧਤਾ ਵੀ ਵਧਾਰੀਏ ਸੀਆਈਐਲ ਇੰਡੀਆ ਨੇ 5.75 ਮੀਟ੍ਰਿਕ ਟਨ ਕੋਲਾ ਸੂਬਾ ਤੇ ਕੇਂਦਰੀ ਕੰਪਨੀਆਂ ਨੂੰ ਮੁਹੱਈਆ ਕੀਤਾ ਤੇ ਇਸ ਕੋਲੇ ਦਾ 5.3 ਮੀਟ੍ਰਿਕ ਟਨ ਕੰਪਨੀਆਂ ਵੱਲੋਂ ਬੁੱਕ ਕੀਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿਖੋਲੀਆਂ ਝੜਪਾਂ ਦੀ ਘਟਨਾ ਦੀ ਤੁਰੰਤ ਜਾਂਚ ਦੇ ਹੁਕਮ ਦਿੱਤੇ ਨੇ ਉਹਨਾਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਇਸ ਸੰਬੰਧ ਭਾਗੀ ਘਟਨਾ ਲਈ ਜ਼ਿੰਮੇਵਾਰ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਅਮਨ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਉਹਨਾਂ ਕੱਲ੍ਹ ਸ਼ਾਮ ਚੰਡੀਗੜ੍ਹ ਵਿੱਚ ਸੀਨੀਅਰ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਉਹਨਾਂ ਡੀਜੀਪੀ ਨੂੰ ਮੌਜੂਦਾ ਹਾਲਾਤ ਤੇ ਨੇੜੇ ਨਜ਼ਰ ਰੱਖਣਾ ਤੇ ਉਹਨਾਂ ਨੂੰ ਇਸ ਬਾਰੇ ਲਗਾਤਾਰ ਜਾਣਕਾਰੀ ਦਿੰਦੇ ਰਹਿਣ ਦੀ ਹਦਾਇਤ ਦਿੱਤੀ ਹੈ ਉਹਨਾਂ ਤਮਨੇ ਸਪਸ਼ਟ ਕੀਤਾ ਕਿ ਸਰਕਾਰ ਚੋਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਕਿਸੇ ਵੀ ਵਿਅਕਤੀ ਨੂੰ ਕਿਸੇ ਕੀਮਤ ਤੇ ਅਮਨ ਸ਼ਾਂਤੀ ਭੰਗ ਕਰ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਮੀਟਿੰਗ ਵਿੱਚ ਮੁਖਸ਼ਕਤਰ ਅਨਿਰੁੱਧ Tiwari ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ ਪੰਜਾਬ ਸਰਕਾਰ ਨੇ ਅੱਜ ਸਵੇਰੇ 9:00 ਵਜੇ ਤੋਂ ਲੈ ਕੇ ਸ਼ਾਮ ਦੇ 6:00 ਵਜੇ ਤੱਕ ਪਟਿਆਲਾ ਜ਼ਿਲ੍ਹੇ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੀਆਂ ਮੋਬਾਈਲ ਨੈੱਟ ਸੇਵਾਵਾਂ ਐਸਐਮਐਸ ਸੇਵਾਵਾਂ ਸਾਰੀਆਂ ਡੋਂਗਲ ਸੇਵਾਵਾਂ ਅਸਥਾਈ ਤੌਰ ਤੇ ਮੁਤਲਕ ਕੀਤੀਆਂ ਗਈਆਂ ਨੇ ਸਰਕਾਰ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਟੈਲੀਕਾਮ ਸੇਵਾਵਾਂ ਜਨਤਕ ਸੁਰੱਖਿਆ ਦਾ ਜਨਤਕ ਐਮਰਜੈਂਸੀ ਨਿਜਮ 2017 ਦੇ ਰੂਲ ਨੰਬਰ 2 ਤਹਿਤ ਜਾਰੀ ਕੀਤੀਆਂ ਗਈਆਂ ਨੇ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਿਕਟਰ ਅਨੁਰਾਗ ਵਰਮਨ ਨੇ ਇਸ ਸੰਬੰਧ ਵਿੱਚ ਹੁਕਮ ਜਾਰੀ ਕੀਤੇ ਨੇ ਕੇਂਦਰੀ ਸਨਮਤੀ ਤੇ ਵਣ ਰਾਜ ਮੰਤਰੀ ਸੋਮਪ੍ਰਕਾਸ਼ ਨੇ ਪਟਿਆਲਾ ਵਿੱਚ ਵਾਪਰੀ ਹਿੰਸਕ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਕੁਝ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰ ਪੰਜਾਬ ਚ ਹਿੰਦੂ ਸਿੱਖ ਭਾਈਚਾਰਾ ਇਕੱਠਾ ਇਕ ਰਹਿਗਾ ਉਹ ਕੱਲ ਬਟਾਲਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਨ ਸੋਮਪ੍ਰਕਾਸ਼ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸੂਬੇ ਦਾ ਮਾਹੌਲ ਚੰਗਾ ਬਣਾਉਣਾ ਚਾਹੀਦਾ ਹੈ ਤਾਂ ਜੋ ਵੱਡੇ ਕਾਰੋਬਾਰੀ ਇੱਥੇ ਆਉਣ ਅਤੇ ਪੂੰਜੀਕਰਨ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਸਬੰਧੀ ਪੈਦਾ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਕਿਉਂ ਜੋ ਥਰਮਲ ਪਲਾਂਟ ਬੰਦ ਪਏ ਨੇ ਇਸ ਨਾਲ ਲੋਕਾਂ ਨੂੰ ਦਿੱ ਪੰਜਾਬ ਸਰਕਾਰ ਦੇ ਦਾ ਸਿਸਟਮ ਹੈ ਪਹਿਲਾਂ ਕਿੰਨੇ ਤਰ੍ਹਾਂ ਪਰਾਂ ਲੱਗੇ ਸੀਗੇ ਬੜਾ ਰੁਆਪਿਆ ਜੀ ਸਰ ਉਹ ਪਰਾਂ ਬੰਦ ਕਰਦੇ ਨੇ ਜਾਂ ਬੰਦ ਕਰਦੇ ਨੇ ਬੰਦ ਕਰ ਇਹਦਾ ਕੋਈ ਅਲਟਰਨੈਟ ਅਰੇਂਜਮੈਂਟ ਵੀ ਤਾਂ ਕਰਨਾ ਪਊਗਾ ਗਰਬੀਆਂ ਵਿੱਚ ਇਹਦੀ ਵੇਹ ਦੀ ਦੀ ਡਿਮਾਂਡ ਵੱਧ ਜਾਂਦੀ ਹੈ ਦੁੱਗਣੀ ਤੁੱਗਣੀ ਡਿਮਾਂਡ ਹੋ ਜਾਂਦੀ ਹੈ ਬੰਦ ਕਰਨਾ ਕਹਿੜਾ ਸੌਖਾ ਹੈ ਫਿਰ ਉਹਨੂੰ ਚਰਾਉਣਾ ਕਿੱਥੇ ਅਜੀ ਲੋਕਾਂ ਨੂੰ ਉਹ ਲੋਕਾਂ ਨੂੰ 4-4 ਘੰਟੇ ਵੇਹ ਦੀ ਨਹੀਂ ਮਰਦੀ ਸਾਰਾ ਸਿਸਟਮ ਆਪਾ ਕਾਲੈਪਸ ਹੋ ਰਿਹਾ ਚਾਹੀਦਾ ਹੈ ਸਰਕਾਰ ਨੂੰ ਜੇ ਗੱਲ ਕਰਨੇ ਸਰਕਾਰ ਦੇ ਬੈਠ ਕੇ ਕੋ ਫੈਸਲਾ ਕਰਨ ਲੱਗਾ ਸਰ ਲੋਕਾਂ ਦੀ ਡਿਮਾਂਡ ਨੂੰ ਇਤਿਆਜ ਰੱਖਣਾ ਪੈਣਾਗਾ ਐਵੇਂ ਵੈਸਲੇ ਨਹੀਂ ਲੈ ਜਾ ਸਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪਟਿਆਲਾ ਵਿੱਚ ਵਾਪਰੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ ਪੰਜਾਬ ਸਰਕਾਰ ਦੀ ਨਾਕਾਮੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਘਟਨਾ ਦੇ ਮੁੱਖ ਕਾਰਨ ਨੂੰ ਅੱਖੋਂ-ਓਲੇ ਕਰਕੇ ਪੁਲਿਸ ਪ੍ਰਸ਼ਾਸਨ ਨੇ ਬਣਦੀ ਭੂਮਿਕਾ ਨਹੀਂ ਨਿਭਾਈ ਜਿਸ ਦਾ ਕਾਰਨ ਰੋਸ ਦਾ ਮਾਹੌਲ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕੁਝ ਲੋਕ ਪੰਜਾਬ ਦੇ ਮਾਹੌਲ ਨੂੰ ਤਣਾਅਪੂਰਨ ਬਣਾਉਣ ਦਾ ਯਤਨ ਕਰ ਰਹੇ ਨੇ। ਕੌਮੀ ਕਟਕੰਟੀ ਕਮਿਸ਼ਨ ਨੇ ਮਿੱਤੇ ਦਿਨ ਪਟਿਆਲਾ ਵਿੱਚ ਹੋਈ ਘਟਨਾ ਬਾਰੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀਏ ਕਮਿਸ਼ਨ ਨੇ ਪੰਜਾਬ ਦੇ ਮੁਖ ਸਕੱਤਰ ਨੂੰ ਇੱਕ ਚਿੱਠੀ ਲਿਖ ਕੇ ਸਾਧ ਦਿਨਾਂ ਦੇ ਅੰਦਰ ਅੰਦਰ ਇਸ ਘਟਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਆਖਿਆ ਸ਼ਹੀਦ ਚਮਕੌਰ ਸਾਹਿਬ ਵਿੱਚ ਸਿੱਤ ਦਾਸਤਾਨੇ ਸ਼ਹਾਦਤ ਅੱਜ ਤੋਂ 3 ਮਈ ਤੱਕ ਰੱਖ-ਰਖਾਵ ਕਾਰਨ ਸਲਾਨੀਆਲੀ ਬੰਦ ਰਹੇਗਾ ਸਰਕਾਰੀ ਬੁਲਾਰਣ ਨੇ ਜਾਣਕਾਰੀ ਦਿੱਤੀ ਹੈ ਕਿ ਸਲਾਨੀ 4 ਮਈ ਤੋਂ ਦੁਬਾਰਾ ਦਾਸਤਾਨੇ ਸ਼ਹਾਦਤ ਦੇਖ ਸਕਣਗੇ ਸਿਕਾਪਾਕ ਪੰਜਾਬ ਵੱਲੋਂ ਪੰਜਾਬ ਵਿੱਚ ਵਧ ਰਹੀ ਗਰਮੀ ਨੂੰ ਦੇਖਦੇ ਹੋਏ ਜਿੱਥੇ ਸਕੂਲਾਂ ਦਾ ਸਮਾਪਤੀਬੀਲ ਕੀਤਾ ਹੈ ਉੱਥੇ ਗਰਮੀ ਦੀਆਂ ਛੁੱਟੀਆਂ 15 ਮਈ ਤੋਂ 30 ਜੂਨ ਤੱਕ ਕਰਨ ਦਾ ਐਲਾਨ ਕੀਤਾ ਹੈ ਵਿਭਾਗ ਦੇ ਅਪ੍ਰੋਖ ਸਖਤਰ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਸੂਬੇ ਵਿੱਚ ਲਗਾਤਾਰ ਵਧ ਰਹੇ ਤਾਪਮਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ ਸਮੂਹ ਸਰਕਾਰੀ ਸਰਕਾਰੀ ਸਹਾਇਤਾ ਪ੍ਰਾਪਤ ਤੇ ਨਿੱਜੀ ਸਕੂਲਾਂ ਵਿੱਚ 2 ਮਈ ਤੋਂ 14 ਮਈ ਤੱਕ ਪ੍ਰਾਇਮਰੀ ਸਕੂਲ ਸਵੇਰੇ 7:00 ਵਜੇ ਤੋਂ 11:00 ਵਜੇ ਤੱਕ ਲੱਗਣਗੇ ਜਦਕਿ ਮਿਡਲ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 7:00 ਵਜੇ ਤੋਂ ਬਾਅਦ ਦੁਪਹਿਰ 12 ਉਹਨਾਂ ਤੱਕ ਇਸ ਸ਼ਰਤ ਤੇ ਕਿਤੇ ਜਾ ਰਹੀਆਂ ਨੇ ਕਿ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ 16 ਮਈ ਤੋਂ 31 ਮਈ ਤੱਕ ਆਨਲਾਈਨ ਕਲਾਸਾਂ ਲਗਾਈਆਂ ਜਾਣਗੀਆਂ ਬੰਗਲੌਰ ਵਿੱਚ ਚੱਲ ਰਹੀਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੇ ਕੱਲ 7 ਵਜੇ ਨਿਸ਼ਾਨੇਬਾਜ਼ੀ ਵਿੱਚ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਰਤਾਜ ਸਿੰਘ ਟਿਵਾੜਾ ਨੇ 50 ਮੀਟਰ 3 ਪੋਜੀਸ਼ਨ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਤਲਵਾਰਬਾਜ਼ੀ ਵਿੱਚ ਵੀ ਗੋਨੰਦਕ ਦੇ ਯੂਨੀਵਰਸਿਟੀ ਦੇ ਚਿੰਖਮ ਜੇਤਲ ਸਿੰਘ ਨੇ ਸੋਨ ਤਮਗਾ ਆਪਣੇ ਨਾਂ ਕੀਤਾ ਅੱਜ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਐਥਲੈਟਿਕਸ ਦੇ ਮੁਕਾਬਲੇ ਸ਼ੁਰੂ ਹੋ ਰਹੇ ਨੇ ਇਨ੍ਹਾਂ ਦੌਰਾਨ 올ਿਪੀਅਨ ਤੇ ਯੂਨੀਵਰਸਿਟੀ ਖੇਡਾਂ ਦੇ 골ਡ ਮੈਡਲਿਸਟ ਦੁੱਤੀ ਚੰਦ ਦਾ ਮੁੱਖ ਪ੍ਰਦਰਸ਼ਨ ਦੇਖਣਯੋਗ ਹੋਵੇਗਾ ਖਬਰਾਂ ਦੇ ਬਟਨ ਸਾਡੇ ਦਰਸ਼ਕਾਂ ਰੈਨਯੂ ਡੀਡੀ ਕੇ ਦੰਦਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬਲਿੱਟਨ ਖਤਮ ਹੋਇਆ ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਿਹਾ ਹਾਂ ਬਾਹਰ ਜਾਣ ਵੇਲੇ ਤੁਸੀਂ ਵੀ ਮਾਸਕ ਲਗਾ ਕੇ ਜਾਓ ਨਮਸਕਾਰ